ਮੇਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਘਵੀਰ ਹੈਪੀ। ਅੱਜ ਅਸੀਂ ਖੜੇ ਹਾਂ ਬਰਨਾਲਾ ਕੈਬਨਿਟ ਮੰਤਰੀ ਮੀਤਹੇਰ ਦੇ ਘਰ, ਜਿੱਥੇ ਕਿ ਅੱਜ ਉਹਨਾਂ ਦੀ ਜਿੱਤਣ ਦੀ ਖੁਸ਼ੀ ਦੇ ਵਿੱਚ ਉਹਨਾਂ ਦੇ ਘਰ ਜਾ ਰਹੀਆਂ ਨੇ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾਰੀਆਂ ਮੌਕੇ ਦੀਆਂ ਲਾਈਵ ਤਸਵੀਰਾਂ। ਬੜੇ Incoming voice call from N Green Corps JK24X7NEWS. Incoming voice call from N Green Corps JK24X7NEWS. Incoming voice call from N Green Corps JK24X7NEWS. ਜੀ ਅੱਜ ਅਸੀਂ ਬਹੁਤ ਬਹੁਤ ਖੁਸ਼ ਹਾਂ ਅਤੇ ਬਹੁਤ ਖੁਸ਼ੀ ਦਾ ਮੌਕਾ ਹੈ ਸਾਡੇ ਸਾਰਿਆਂ ਲਈ। ਹਾਂਜੀ, ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਲੀਡ ਨਾਲ ਅਸੀਂ ਅੱਗੇ ਜਾ ਰਹੇ ਹਾਂ ਅਤੇ ਲੋਕਾਂ ਦਾ ਪਿਆਰ ਤੁਸੀਂ ਦੇਖ ਹੀ ਸਕਦੇ ਹੋ। ਅਤੇ ਮੀਤਹੇਰ ਜੀ ਦੇ ਜਿਹੜੇ ਕੰਮ ਕੀਤੇ ਸੀ ਉਹਨਾਂ ਨੇ ਆਪਣੀ ਲੋਕਲ ਕੌਂਸਟੀਚੁਐਂਸੀ 'ਚ, ਉਹਨਾਂ ਨੂੰ ਦੇਖਦੇ ਹੋਏ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਅਸੀਂ ਪੰਜਾਬ ਦੇ ਕੰਮ ਕੀਤੇ ਸੀ, ਅੱਗੇ ਜਾ ਕੇ ਅਸੀਂ ਪਾਰਲੀਮੈਂਟ 'ਚ ਜਾ ਕੇ ਸੈਂਟਰ ਦੇ ਕੰਮ ਕਰਾਂਗੇ ਅਤੇ ਹੋਰ ਵੱਡੇ ਵੋਟਾਂ ਨਾਲ ਅੱਗੇ ਲੀਡ ਲਵਾਂਗੇ। ਸੈਂਟਰ 'ਚ ਜਾ ਕੇ ਹੋਰ ਵੱਡੀ ਰਿਸਪੋਂਸੀਬਿਲਿਟੀ ਹੋ ਜਾਂਦੀ ਹੈ ਅਤੇ ਉੱਥੇ ਜਾ ਕੇ ਅਸੀਂ ਵੱਡੇ ਵੱਡੇ ਕੰਮ ਕਰਾਂਗੇ ਅਤੇ ਲੋਕਾਂ ਦੀ ਰਿਸਪੋਂਸੀਬਿਲਿਟੀ ਪੂਰੀ ਕਰਾਂਗੇ। ਬਸ ਸਾਡੇ ਸਾਰੇ ਵਰਕਰਸ, ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰਸ ਨੇ ਸੰਗਰੂਰ ਕੌਂਸਟੀਚੁਐਂਸੀ ਦੇ, ਉਹਨਾਂ ਨੂੰ ਬਹੁਤ ਬਹੁਤ ਧੰਨਵਾਦ। ਅਤੇ ਜਿਹੜੇ ਜਿੰਨੇ ਵੀ ਵੋਟਰਸ ਨੇ ਉਹਨਾਂ ਨੇ ਇੰਨੀ ਗਰਮੀ 'ਚ ਆ ਕੇ ਸਾਨੂੰ ਵੋਟ ਪਾਏ ਨੇ ਅਤੇ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ। ਹਾਂਜੀ, ਕਹਿਣਾ ਤਾਂ ਇਹੀ ਹੈ, ਪਹਿਲਾਂ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪਰਵਰਦਗਾਰ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਪਰਮਾਤਮਾ ਨੇ ਅੱਜ ਸਾਡੇ ਬੇਟੇ ਨੂੰ, ਪਹਿਲਾਂ MLA ਸੀ ਫਿਰ ਕੈਬਨਿਟ ਮੰਤਰੀ ਵੀ ਸੀ, ਪਰ ਹੁਣ ਮੰਨਦੇ ਹਾਂ ਵੀ ਕਿ ਸੈਂਟਰ ਦਾ MP ਵੀ ਬਣਾਤਾ ਅਤੇ ਅੱਗੇ ਜਾ ਕੇ ਇਹ ਬਹੁਤ ਮੁੱਦੇ ਨੇ ਜਿਹੜੇ ਸਾਡੀ ਸੁਣਵਾਈ ਨਹੀਂ ਸੀ ਹੋ ਰਹੀ ਸੈਂਟਰ 'ਚ, ਅਤੇ ਉਹਨਾਂ ਨੂੰ ਚੁੱਕੇ ਅਤੇ ਸਮੱਸਿਆ ਦਾ ਕੋਈ ਹੱਲ ਕਰੇ। ਬਸ ਅਸੀਂ ਕਹਿੰਦੇ ਹਾਂ ਵਾਹਿਗੁਰੂ ਇਹਨੂੰ ਕੰਮ ਕਰਨ ਦਾ ਬਲ ਬਖਸ਼ੇ। ਮਿਹਨਤ ਦਾ ਤਾਂ ਬੇਟੇ ਕੋਈ ਤੁਹਾਨੂੰ ਕੀ ਦੱਸਾਂ, ਵੀ ਰੋਜ਼ ਮੈਂ ਤਾਂ ਦੇਖਦੀ ਹਾਂ ਕਿ 1 ਵਜੇ ਉਹਨੇ ਆਉਣਾ, 1 ਵਜੇ ਤੋਂ ਆ ਕੇ ਖਾਣਾ ਖਾਣਾ, ਨਹਾਉਣਾ ਧੋਣਾ। 2 ਵਜਿਆਂ ਦੇ ਸਾਨੂੰ ਸਾਨੂੰ ਸਾਰੀ ਫੈਮਿਲੀ ਨੂੰ ਅਸੀਂ ਉੱਦਣ ਦੇ 2 ਵਜੇ ਪੈਂਦੇ ਹਾਂ, 2.5 ਮਹੀਨੇ ਹੋ ਗਏ ਸਾਨੂੰ, ਅਤੇ ਸਵੇਰੇ 6 ਵਜੇ ਨਿਕਲ ਜਾਣਾ ਅਤੇ ਉਹਦੀ ਬ੍ਰੇਕਫਾਸਟ ਵੀ ਮਗਰ ਭੇਜਦੇ ਹਾਂ, 6 ਵਜੇ ਨੂੰ ਤਿਆਰ ਨਹੀਂ ਹੋਈ ਹੁੰਦੀ, ਡੇਲੀ ਮਗਰ ਭੇਜਦੇ ਬ੍ਰੇਕਫਾਸਟ। ਹਾਂਜੀ ਹਾਂਜੀ, ਬਹੁਤ ਉਮੀਦ ਆ ਜੀ, ਬਹੁਤ ਜ਼ਿਆਦਾ ਸਿਆਣਾ ਬੇਟਾ ਮੈਂ ਆਪਦੇ ਬੇਟੇ ਕਰਕੇ ਨਹੀਂ ਕਹਿੰਦੀ, ਪਰ ਪਰਮਾਤਮਾ ਸਭ ਨੂੰ ਇਹੋ ਜਿਹੇ ਬੱਚੇ ਦੇਵੇ
ਪਹਿਲੇ ਦਿਨੋਂ ਹੀ ਉਹ ਇੱਕ ਨਾ ਖਾਸੀਅਤ ਹੈ ਉਹਦੇ 'ਚ, ਬਹੁਤ ਜ਼ਿਆਦਾ ਸੰਘਰਸ਼ ਨਾਲ ਵੀ ਸਾਹਮਣਾ ਕਰਦਾ ਅਤੇ ਉਹਦੇ 'ਚ ਹਿੰਮਤ ਵੀ ਵਾਹਿਗੁਰੂ ਨੇ ਬਹੁਤ ਦਿੱਤੀ ਹੈ।